ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਠੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਲਾਗੇ ਵੀਰ ਜੀ ਉਹਨਾਂ ਨੂੰ ਫਤਿਹਗੜ੍ਹ ਚੂੜੀਆਂ ਪੈ ਜਾਂਦਾ, ਬਿਲਕੁਲ ਲਾਗੇ ਜਿਹੜਾ ਫਤਿਹਗੜ੍ਹ ਚੂੜੀਆਂ ਵੀਰ ਜੀ ਉਹਨਾਂ ਨੇ ਇੱਥੋਂ ਤਕਰੀਬਨ ਕੋਈ 2-3 ਕਿਲੋਮੀਟਰ ਹੀ ਆ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 3 ਗਾਵਾਂ ਦਿਖਾਉਣੀਆਂ, 3 ਜਿਹੜੀਆਂ ਸੋਹਣੀਆਂ ਵੈਣਾਂ ਤੁਹਾਨੂੰ ਦਿਖਾਵਾਂਗੇ, ਅਤੇ ਪਹੁੰਚ ਜਿਹੜੀ ਵੀਰ ਜੀ ਨੇ ਕਹਿੰਦੇ ਕਿ ਵਿੱਚੇ ਹੀ ਕਰਾਂਗੇ ਗੱਲਬਾਤ। ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ, ਤੁਸੀਂ ਸੁਣਾਓ? ਸਭ ਵਧੀਆ ਜੀ। ਹੋਰ ਵਿਕ ਗਿਆ ਫਿਰ ਪਹਿਲਾਂ ਮਾਲ? ਹਾਂਜੀ ਹਾਂਜੀ, ਉਹ ਮਾਲ ਹਾਂਜੀ ਵਿਕ ਗਿਆ ਸੀ ਉਦੋਂ। ਠੀਕ ਹੈ ਜੀ, ਅਤੇ ਨਾਮ ਦੱਸ ਦਿਓ ਕਰੀ ਆਪਣਾ। ਨਾਮ ਵੀਰ ਜੀ ਮੇਰਾ ਜੱਗਾ ਜੀ। ਹਾਂਜੀ, ਪਿੰਡ ਠੱਠਾ ਜੀ। ਠੀਕ ਹੈ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ ਜੀ। ਅੱਛਾ ਜੀ, ਹਾਂਜੀ। ਫਤਿਹਗੜ੍ਹ ਚੂੜੀਆਂ ਕਿੰਨਾ ਜੀ ਇੱਥੋਂ? ਫਤਿਹਗੜ੍ਹ ਚੂੜੀਆਂ ਆਪਾਂ ਸਿਰਫ 2 ਕਿਲੋਮੀਟਰ ਜੀ। ਅਤੇ ਬਟਾਲਾ ਕਿੰਨਾ ਜੀ? ਬਟਾਲਾ ਆਪਾਂ ਨੂੰ ਇੱਥੋਂ 30-35 ਕਿਲੋਮੀਟਰ। ਅੱਛਾ, 30-35 ਕਿਲੋਮੀਟਰ ਆ, ਠੀਕ ਹੈ ਜੀ। ਅਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ। ਫੋਨ ਨੰਬਰ ਜੀ 70-78-56-9-56। ਠੀਕ ਹੈ, ਅਤੇ ਪਹੁੰਚ ਵਿੱਚ ਫਿਰ ਅੱਜ? ਹਾਂ ਪਹੁੰਚ, ਤੁਹਾਨੂੰ ਪਤਾ ਭਾਅ ਜੀ ਅੱਗੇ ਵਿੱਚੇ ਕਰੀ ਦੀ ਸਾਰੀ ਪਹੁੰਚ। ਠੀਕ ਹੈ, ਜਿੱਥੇ ਮਰਜ਼ੀ ਕਿ 100 ਕਿਲੋਮੀਟਰ ਤੱਕ? ਨਹੀਂ, 100 ਕਿਲੋਮੀਟਰ ਤੱਕ ਪਹੁੰਚ ਕਰਾਂਗੇ। ਅੱਛਾ, 100 ਕਿਲੋਮੀਟਰ ਤੱਕ ਪਹੁੰਚ ਕਰੋਗੇ, ਠੀਕ ਹੈ। ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ 'ਤੇ ਜਿਹੜੀ ਸਾਹੀਵਾਲ ਕ੍ਰੋਸ 'ਚ ਆ, ਇਹਦੇ ਤਾਂ ਹੀ ਆਪਾਂ ਕਰ ਲਈਏ। ਸੋਹਣੀ ਵੈੜ ਆ ਅਤੇ ਸੋਹਣੇ ਕੱਦ ਕਾਠ ਆ ਲਈਏ, ਅਤੇ ਬਾਕੀ ਥਣ ਕਾਫੀ ਪਿਆਰਾ ਇਹਦੇ ਕੋਲ, ਥਣਾਂ ਦਾ ਸਾਈਜ਼ ਅਤੇ ਗੈਪ ਆਪਾਂ ਦੇ ਸਕਦੇ ਚੰਗਾ। ਕਿੰਨਵਾਂ ਸੂਆ ਸੋਨਾ ਵੀਰ ਜੀ ਨੇ ਇਹਨੇ? ਭਾਅ ਜੀ ਯਾਰ ਕੀ ਦੂਸਰਾ ਸੂਆ ਸੋਨਾ ਜੀ। ਅੱਛਾ, ਦੂਸਰਾ ਸੂਆ ਸੋਨਾ ਆ, ਅਤੇ ਠੰਡੀ ਤੇਰੀ ਯਾਤਰਾ? ਹਾਂਜੀ ਬਿਲਕੁਲ ਠੰਡੀ ਤੇਰੀ ਯਾਰ। ਠੀਕ ਹੈ, ਆ ਦੇ ਸਕਦੇ ਜੀ, ਹੈਗੀ ਜਿਹੜੀ ਉਂਝ ਠੰਡੀ ਤੇਰੀ ਆ। ਠੀਕ ਹੈ ਜੀ, ਅਤੇ ਦੰਦੋ ਕਿਸ ਤਰ੍ਹਾਂ ਜੇ? ਇਹ ਦੰਦੋ 4 ਦੰਦ ਜੀ ਭਾਅ ਜੀ। ਅੱਛਾ, 4 ਦੰਦ, ਦੂਸਰਾ ਸੂਆ ਅਤੇ ਮੂੰਹ 4 ਦੰਦ? 4 ਦੰਦ। ਠੀਕ ਹੈ, ਲੈ ਦੰਦ ਚੈੱਕ ਕਰਾ ਦਈਏ, ਦੇਖ ਕਰੀ ਆਪਾਂ। ਹਾਂ ਦੇ ਸਕਦੇ ਜੀ, ਚੰਗੀ ਤਰ੍ਹਾਂ ਦਿਖਾ ਦਈਏ ਵੀਰ ਜੀ ਇੱਕ ਵਾਰੀ ਆਪਾਂ। ਹਾਂ ਦੇ ਸਕਦੇ, ਇੱਧਰਲੇ ਦੰਦ ਜਿਹੜੇ ਅਜੇ ਬਿਲਕੁਲ ਪਿਓਰ 4 ਦੰਦ ਜੀ, ਸ਼ਿੱਗੀ ਦੇ ਦੰਦ ਜਿਹੜੇ ਜੇ ਪੁੱਟ ਨਹੀਂ ਦਈ ਆ। ਅਤੇ ਦੁੱਧ ਕਿੰਨਾ ਕੁ ਵੀਰ ਜੀ ਚਵਾ ਜੂਗੀ? ਦੁੱਧ ਵੀਰ ਜੀ ਘਰ ਵਾਲਿਆਂ ਦੇ ਦੱਸਣ ਮੁਤਾਬਿਕ ਉਹਦੇ ਪਹਿਲੇ ਸੂਏ ਨੇ 15-16 ਕਿਲੋ ਦੁੱਧ ਚਵਾਇਆ ਜੀ। ਅੱਛਾ ਜੀ, ਹਾਂਜੀ। ਅਤੇ ਐਰਕੀ ਕਿੰਨਾ ਕੁ ਚਵਾ ਦੂਗੀ? ਐਰਕੀ ਵੀਰ ਜੀ ਵੇਖੋ 17-18 ਕਿਲੋ ਚਵਾਏਗੀ। 17-18 ਲੀਟਰ ਚਵਾ ਦੂਗੀ, ਬਾਕੀ ਹੈ ਬਹੁਤ ਠੰਡੀ ਧੀਰੀ ਆ। ਠੀਕ ਹੈ, ਸਾਹੀਵਾਲ ਗਾਂ ਤੁਹਾਨੂੰ ਪਤਾ ਇਹਨਾਂ ਨੂੰ ਗਰਮੀ ਦੀ ਵੀ ਕੋਈ ਪਰਵਾਹ ਨਹੀਂ, ਬਾਕੀ ਗਰਮੀ ਦਾ ਮੌਸਮ ਆਉਂਦੇ ਨਾਲੇ ਫੈਟ ਵੀ ਜਿਹੜੀ ਚੰਗੀ ਹੁੰਦੀ ਹੈ ਇਹਨਾਂ ਦੀ, ਹੈ ਨਾ? ਫੈਟ ਭਾਅ ਜੀ ਇਹਨਾਂ ਦੀ 5+ ਹੀ ਹੁੰਦੀ ਹੈ। ਠੀਕ ਹੈ ਜੀ, ਖੋਲੋ ਹਾਂ ਫਿਰ ਤੋਰੀ ਆ ਕਰੇ ਨਾ। ਅਤੇ ਇਹਦਾ ਕੀ ਫਿਰ ਮੁੱਲ ਰੱਖਣਾ ਵੀਰ ਜੀ? ਤੋਰ ਲਈਏ ਫਿਰ ਇਹਦਾ ਮੁੱਲ। ਤੋਰ ਕੇ ਵੀਰ ਜੀ ਨੇ ਕਹਿੰਦੇ ਕਿ ਮੁੱਲ ਆਪਾਂ ਦੱਸਦੇ ਹਾਂ ਇਹਦਾ, ਬਾਕੀ ਉਂਝ ਜਿਹੜਾ ਕੱਦ ਕੱਟ ਸੋਹਣਾ। ਸੋਣ ਤੱਕ ਹਵਾਨਾ ਜਿਹੜਾ ਚੰਗਾ ਭਰੂਗੀ, ਮੂੰਹ ਜਿਹੜੀ ਅਜੇ 4 ਦੰਦ ਹੀ ਆ। ਠੀਕ ਹੈ ਵੀਰ ਜੀ, ਲੈ ਜੇ ਬੰਨ ਦਿਓ ਜੀ, ਬਾਕੀ ਹੈਗੇ ਵੀ ਜਿਹੜੀ ਠੰਡੀ ਧੀਰੀ ਆ। ਦੱਸੀਏ ਵੀਰ ਜੀ ਫਿਰ ਮੁੱਲੇ ਦਾ ਆਪਾਂ, ਕਿੰਨੇ 'ਚ ਪਹੁੰਚ ਕਰਨੀ ਫਿਰ ਇਹਦੀ? ਇਹਦਾ ਵੀਰ ਜੀ ਮੁੱਲ ਤਾਂ 45,000 ਜੀ। ਅੱਛਾ ਜੀ, ਹਾਂਜੀ, ਹੋ ਜੂ ਮਾਨਤਾਨ ਵਿੱਚੋਂ? ਹੋ ਜਾਏਗਾ ਮਾਨਤਾਨ। ਠੀਕ ਹੈ, ਖੁੱਲ੍ਹਾ ਹੋ ਜਾਊਗਾ ਸਾਥ ਦਾ ਹੀ? ਨਹੀਂ ਖੁੱਲ੍ਹਾ ਹੀ ਕਰ ਦਾਂਗੇ, ਬਾਕੀ ਜੋੜੇ 'ਚੋਂ ਕਰ ਦਿੰਦੇ ਹਾਂ। ਅੱਛਾ ਜੀ, ਜੋੜੇ 'ਚੋਂ ਕਹਿੰਦੇ ਕਿ ਮਾਨਤਾਨ ਕਰ। ਕਿੰਨਾ ਕੁ ਤੇਰਾ ਟਾਈਮ ਸੋਣ 'ਚ ਖੜਦੀ? ਇਹਦੇ ਸੋਣ 'ਚ ਭਾਅ ਜੀ ਹਫ਼ਤਾ ਖੜਨਾ ਜੀ, 5-7 ਦਿਨ। ਅੱਛਾ, ਹਫ਼ਤਾ ਲੈ ਰਹੀ ਉਹ ਤਾਂ ਪਹਿਲਾਂ ਵੀ ਸੂ ਸਕਦੀ ਆ। ਠੀਕ ਹੈ, ਹਫ਼ਤੇ ਦੇ ਅੰਦਰ ਅੰਦਰ ਸੂ ਪਊਗੀ ਕਿ ਮਤਲਬ? ਹਫ਼ਤੇ ਤੱਕ ਸੂ ਪਈ। ਠੀਕ ਹੈ, ਜਿਹੜੀ ਹੁਣ ਦੂਸਰੇ ਨੰਬਰ 'ਤੇ ਆ ਹੈਗੀ ਹੈ ਵੀ ਕ੍ਰੋਸ 'ਚ ਹੀ ਆ, ਅਤੇ ਥਣ ਜਿਹੜਾ ਬੜਾ ਪਿਆਰਾ ਵਾ ਇਹਦੇ ਕੋਲ ਵੀ, ਆ ਦੇ ਸਕਦੇ ਥਣਾਂ ਦਾ ਸਾਈਜ਼ ਜਿਹੜਾ ਕਾਫੀ ਖੂਬਸੂਰਤ ਆ ਇਹਦਾ ਵੀ, ਗੈਪ ਵੀ ਚੰਗਾ ਵਾ ਅਤੇ ਸਾਈਜ਼ ਵੀ ਥਣਾਂ ਦਾ ਜਿਹੜਾ ਚੰਗਾ ਵਾ। ਇਹ ਕਿੰਨਾ ਕੁ ਟਾਈਮ ਜੀ ਖੜਦੀ ਜੇ ਸੂਣ 'ਚ? ਇਹ ਵੀ ਭਾਅ ਜੀ ਸੂਣ 'ਚ 5-7 ਦਿਨ ਖੜਦੀ ਜੀ। ਅੱਛਾ, 5-7 ਦਿਨ ਖੜਦੀ ਆ, ਤਕਰੀਬਨ ਕੱਠੀਆਂ ਨਹੀਂ ਸੂਣਾ। ਠੀਕ ਹੈ, ਇਹ ਵੀ ਠੰਡੀ ਤੇਰੀ ਜੀ? ਹਾਂ ਬਿਲਕੁਲ, ਇਹ ਵੀ ਠੰਡੀ ਤੇਰੀ। ਠੀਕ ਹੈ, ਘਰ 'ਚ ਤੁਹਾਨੂੰ ਪਤਾ ਮਾਲ ਆਇਆ ਹੁੰਦਾ ਥੋੜ੍ਹਾ ਜਿਹਾ ਡਰਦਾ। ਹਾਂਜੀ ਹਾਂਜੀ, ਤੁਹਾਡੇ ਕੋਲ ਬਾਕੀ ਕੋਈ ਗੱਲ ਨਹੀਂ ਹੈ ਵੀ ਬਿਲਕੁਲ ਠੰਡੀ ਤੇਰੀ? ਠੀਕ ਹੈ, ਬਾਕੀ ਉਂਝ ਵੀ ਮੱਖੀ ਮੁੱਖੀ ਵੀ ਕਾਫੀ ਪੈਂਦੀ ਹੈ। ਠੀਕ ਹੈ ਜੀ, ਅਤੇ ਇਹ ਕਿੰਨਾ ਕੁ ਦੁੱਧ ਚਵਾ ਦੂਗੀ? ਦੁੱਧ ਭਾਅ ਜੀ ਇਹਨੇ ਵੀ ਪਹਿਲੇ ਸੂਏ 15-16 ਕਿਲੋ ਚਵਾਇਆ ਜੀ। ਅੱਛਾ ਜੀ, ਦੁੱਧ ਹੁਣ ਦੂਜੇ ਸੂਏ ਵੀ 17-18 ਕਿਲੋ ਚਵਾਈ। ਅੱਛਾ, ਇਹ ਵੀ 17-18 ਲੀਟਰ ਚਵਾ ਜੂਗੀ? ਲੈ ਖੋਲੋ ਹਾਂ ਫਿਰ ਤੋਰੀ ਇਹਨੂੰ, ਹੈਗੀ ਹੈ ਵੀ ਕ੍ਰੋਸ 'ਚ ਆ, ਫੈਟ ਜਿਹੜੀ ਇਹਦੇ ਵੀ ਚੰਗੀ ਆਈ ਜਾਊਗੀ।
बाकी झब्बू तो थोड़ा जहा कर दी आ दे सकते जी, बाकी हवाना यदा करी तुम लागे तो फिर तो दिखाने की कोशिश कर दें। कई बार जो घर च पशु जड़े जो आए होंगे तो बहरले बंदे तो जरा डर जाते, हवाना जरा ये भी सौन तक चंगा तैयार करूगी। मुल फिर दस दिए भी जी आप भी मुल भी जोड़ा कोई वीर ला जूगा तीसरे नंबर दिखाई काफी खूबसूरत वैड लागे तो थाने करी देख सकते जी चंगी तरह, बाकी मिल्कमेन भी काफ़ी सोहनी है तो थना का साइज भी जरा चंगा वा। ये किनवा सूआ सूई जी भीर जी? दूजा सूआ सूई जी। दूसरा सूआ सूई है, लगभग सारिया अज दूसरे सूए ही है ना? हाँ जी। इन्हों किन्ना चिर होया जी सूई ने? इन्हों सूई भी जी 20 दिन होए जी। 20 दिन होए आ। ओ इहदा बच्चा जी बार बच्चा जी मगर इहदे बच्चा वा ते इहदे कोल दुध मौके ते किन्ना तैयार जी? इहदे कोल वीर जी दुध मौके ते 17 किलो तैयार जी। अच्छा 17 लीटर तैयार है जिहड़ा बिल्कुल दो टाइम चवा के तो साडे कोल कोई दो टाइम चोवे तीन टाइम चोवे ठीक इत्थे आवे रवे साडे कोल ठीक है ते 17 किलो चोके दवांगे ठीक है जी। कोई आपां गारंटी ते भेजांगे ते 15 किलो दी गारंटी ते भेजांगे आपां ठीक है जी। खोल दिया फिर तोरिया फिर ही इहदा मुल्ल आपां दस दई देख सकते जी। बाकी वीर जी चवाई किन्ने बजे हुई जी? चवाई का भी तुम हमें पूछ लें वीर जी ना किन्ने बजे वीर जी चवाई यदि हुई जी? चवाई वीर जी अपनी 7 बजे दी। अच्छा जी। हां जी 7 बजे दी है टाइम खा दो हुन कोई मेरा भरा है ना आके भी 10:30 जिहड़े होए आ ते बाकी कोई शाम नु आके अपना वेख ले चवाई दो टाइम करके लै जी है ना ठीक है पूरी अपनी तसल्ली करके कोई फिर ठीक है। ਇਹਦਾ ਕੀ ਫਿਰ ਮੁੱਲ ਰੱਖਣਾ ਜੀ? ਇਹਦਾ ਵੀ ਜੀ 45 ਚ ਮਾਨਤਾਨ ਕਰਾਂਗੇ। ਅੱਛਾ 45 ਚੋਂ ਕਰ ਦੋਗੇ ਮਾਨਤਾਨ। ਇੱਕ ਇਹ ਜੀ ਗੱਲ ਹੋਰ ਜੀ। ਅੱਛਾ ਜੀ। ਇਹਦਾ ਬੱਚਾ ਜੇ ਦੇ ਮਗਰ ਤੇ ਉਹ ਘਰ ਵਾਲਿਆਂ ਨੇ ਇਹਨੂੰ ਨਾ ਪਹਾੜੇ ਤੇ ਗਿਜਾਇਆ ਜੀ। ਅੱਛਾ ਜੀ। ਹਾਂ ਜੀ ਬੱਚਾ ਉਹ ਘੱਟ ਵੱਧ ਛੱਡਦੇ ਰਹੇ ਆ ਪਹਾੜਾ ਪਾ ਕੇ ਇਦਾਂ ਹੀ ਉਹ ਬੈਂਦੇ ਰਹੇ ਚੋਲ ਲੈਂਦੇ ਰਹੇ। ਠੀਕ ਹੈ। ਤੇ ਬੱਚਾ ਵੀ ਇਹਦਾ ਦਿਖਾ ਦਈਏ ਕਰੀ ਹਨਾ ਆਪਾਂ। ਤੇ ਜਿਹੜਾ ਜੇ ਕੋਈ ਜੋੜਾ ਕੋਈ ਲੈ ਜਾਊਗਾ ਤੇ ਫਿਰ ਮਾਨਤਾਨ ਆ। ਭਾਜੀ ਤਿੰਨਾਂ ਚੋਂ ਜਿਹੜਾ ਕੋਈ ਮਰਜ਼ੀ ਜੋੜਾ ਪਾ ਲੇ। ਹਾਂ ਜੀ। ਤੇ ਜੋੜਾ ਆਪਾਂ 85,000 ਦਾ ਜੋੜਾ ਦੇ ਦਾਂਗੇ। 85,000 ਦਾ ਜੋੜਾ ਦੇ ਦਾਂਗੇ। ਇਹਨਾਂ ਦੇ ਵਿੱਚੋਂ ਜਿਹੜਾ ਕੋਈ ਮਰਜ਼ੀ ਜੋੜਾ ਬਣਾ ਲੇ। ਜੇ ਕੋਈ ਤਿੰਨੇ ਹੀ ਲੈ ਜੇ ਤੇ ਉਹ ਗੱਬਣ ਦੇ ਨਾਲ ਇਹਦੇ ਨਾਲ ਜਿਹੜਾ ਕੋਈ ਮਰਜ਼ੀ ਜਿਹੜਾ ਮਰਜ਼ੀ ਮਤਲਬ ਤਿੰਨੇ ਦੇ ਤਿੰਨਾਂ ਚੋਂ ਜਿਹੜਾ ਕੋਈ ਮਰਜ਼ੀ ਜੋੜਾ ਬਣਾ ਲੇ ਤੇ 85,000 ਦਾ ਜੋੜਾ ਆਪਾਂ ਪਹੁੰਚ ਵਿੱਚ ਹੀ ਕਰਾਂਗੇ 85,000 ਚ। ਠੀਕ ਹੈ ਜੀ। 100 ਕਿਲੋਮੀਟਰ ਤੱਕ। ਠੀਕ ਹੈ। ਬਾਕੀ ਜੇ ਕੋਈ ਤਿੰਨੇ ਪਾਲੇਗਾ ਤੇ ਫਿਰ ਹੋਰ ਵੱਧ ਮਾਨਤਾਨ ਕਰਾਂਗੇ। ਅੱਛਾ ਹੋਰ ਵੱਧ ਮਾਨਤਾਨ ਕਰ ਦੋਗੇ। ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ? ਹਾਂ ਜੀ ਬਾਜੀ ਠੀਕ ਹੈ ਜੀ। ਆ ਜਿਹੜਾ ਅੱਛਾ ਜੀ ਇਹਦਾ ਜਿਹੜੀ ਐਂਡ ਤੇ ਤੁਹਾਨੂੰ ਸੂਈ ਦਿਖਾਈ ਹੈ ਬਾਕੀ ਪਸ਼ੂ ਜਿਹੜੇ ਤਿੰਨ ਆ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝ ਦੇ ਹਿਸਾਬ ਨਾਲ ਵੇਖ ਚੱਕ ਕੇ ਖੜੇ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।